ਸ਼ਰਾਬੀ ਨੇ ਲੋਕਾਂ ਤੇ ਚਾੜਤੀ ਟਰੈਕਟਰ ਟਰਾਲੀ। ਇੱਕ ਦੁਕਾਨਦਾਰ ਦੀ ਮੌਕੇ ਤੇ ਹੀ ਹੋਈ ਮੌਤ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਜਿੱਥੇ ਚਾਲਕ ਨੇ ਵੱਡਾ ਕਾਰਾ ਕਰ ਦਿੱਤਾ ਤਾਂ ਉਸਦੇ ਵੱਲੋਂ ਦੁਕਾਨ ਦੇ ਕੋਲ ਕੰਮ ਕਰ ਰਹੇ ਲੋਕਾਂ ਦੇ ਉੱਤੇ ਟਰੈਕਟਰ ਟਰਾਲੀ ਚਾੜ ਦਿੱਤੀ, ਜਿਸ ਕਾਰਨ ਇੱਕ ਦੁਕਾਨਦਾਰ ਨੂੰ ਉਹ ਦਰੜ ਦਿੰਦਾ ਹੈ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਜੜਾ ਪੈ ਜਾਂਦੀਆਂ ਨੇ ਤੇ ਚਾਲਕ ਵੀ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਪਰ ਲੋਕ ਇਸ ਨੂੰ ਮੌਕੇ ਤੇ ਹੀ ਕਾਬੂ ਕਰ ਲੈਂਦੇ ਨੇ। ਤਾਂ ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ। ਤਾਂ ਇਸ ਟਰੈਕਟਰ ਟਰਾਲੀ ਦੇ ਵੱਲੋਂ ਵੱਡਾ ਹਾਦਸਾ ਕੀਤਾ ਗਿਆ, ਜਿਸ ਦੇ ਵਿੱਚ ਇਹ ਚਾਲਕ ਬੈਠਾ ਸੀ ਤਾਂ ਨਸ਼ੇ ਦੀ ਹਾਲਤ ਦੇ ਵਿੱਚ ਸੀ, ਜਿਸ ਕਾਰਨ ਇਹ ਵੱਡਾ ਹਾਦਸਾ ਹੋਇਆ। ਤਾਂ ਦੱਸ ਦਈਏ ਕਿ ਮਾਮਲਾ ਖੰਨਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਬੇਕਾਬੂ ਟਰੈਕਟਰ ਟਰਾਲੀ ਬਿਜਲੀ ਦੇ ਖੰਭੇ ਨੂੰ ਤੋੜਦੀ ਹੋਈ ਲੋਕਾਂ ਤੇ ਚੜ੍ਹ ਜਾਂਦੀ ਹੈ, ਜਿਸ ਵਿੱਚ ਇੱਕ ਦੁਕਾਨਦਾਰ ਦੀ ਮੌਤ ਹੋ ਗਈ। ਤਾਂ ਮੌਕੇ 'ਤੇ ਵੱਡਾ ਇਕੱਠ ਹੋ ਜਾਂਦਾ ਹੈ ਅਤੇ ਜਦੋਂ ਟਰੈਕਟਰ ਚਾਲਕ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਲੋਕਾਂ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ। ਤਾਂ ਲੋਕਾਂ ਨੇ ਦੱਸਿਆ ਕਿ ਪੂਰਾ ਨਸ਼ੇ ਦੇ ਵਿੱਚ ਰੱਜਿਆ ਹੋਇਆ ਸੀ, ਜਿਸ ਕਾਰਨ ਇਸ ਨੂੰ ਕੋਈ ਵੀ ਸੁਧ ਨਹੀਂ ਸੀ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚੀ ਅਤੇ ਪੁਲਿਸ ਦੇ ਵੱਲੋਂ ਪਹਿਲਾਂ ਜਾਮ ਖੁਲਵਾਇਆ ਜਾਂਦਾ ਹੈ ਅਤੇ ਫਿਰ ਇਸ ਟਰੈਕਟਰ ਚਾਲਕ ਨੂੰ ਕਾਬੂ ਕੀਤਾ ਜਾਂਦਾ ਹੈ ਅਤੇ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਕਿਹਾ ਕਿ ਉਹ ਕੀਤੀ ਜਾ ਰਹੀ ਹੈ। ਟਰੈਕਟਰ ਬਹੁਤ ਤੇਜ਼ ਆਇਆ ਜੀ, ਇੱਥੋਂ ਲਖਤ ਕੱਟ ਮਾਰੇ ਜੀ ਨੇ, ਮੈਂ ਤਾਂ ਗਿਰ ਗਿਆ ਜੀ, ਮੈਨੂੰ ਆਪਣੇ ਆਪ ਦਾ ਪਤਾ ਨਹੀਂ ਲੱਗਾ ਕਿੰਨਾ ਚਿਰ ਜੀ। ਫਿਰ ਮੈਂ ਉੱਠਿਆ ਫਟਾਫਟ, ਦੇਖਿਆ ਮੈਂ ਟਰੈਕਟਰ 'ਤੇ ਜਾ ਕੇ ਦੇਖਿਆ ਵੀ ਇਹ ਬੰਦਾ ਮਾਰ ਕੇ ਨਿਕਲਣ ਲੱਗਿਆ, ਫਿਰ ਟਰੈਕਟਰ ਬੰਦ ਹੋ ਗਿਆ ਯਾਰਾ, ਫਿਰ ਫੜ ਲਿਆ ਜੀ ਉਹਨੂੰ ਅਸੀਂ ਜਾ ਕੇ, ਫਿਰ ਪੁਲਿਸ ਵਾਲੇ ਦੇ ਹਵਾਲੇ ਕੀਤਾ ਇਹਨੂੰ ਆ ਕੇ। ਉਦੋਂ ਮੈਂ ਬਾਅਦ 'ਚ ਦੇਖਿਆ ਵੀ ਬੰਦਾ ਥੱਲੇ ਦੇ ਕੇ ਮਾਰ ਵੀ ਦਿੱਤਾ ਜੀ ਇਹਨੇ। ਕਿੰਨੇ ਕੁ ਬੰਦੇ ਕੰਮ ਕਰਦੇ ਪਏ ਸੀਗੇ? ਮੈਂ 4-5 ਜਣੇ ਸੀਗੇ ਜੀ ਉਰੇ। ਅੱਛਾ, ਤੁਸੀਂ ਆਪਣਾ ਬਚਾਅ ਕਿਵੇਂ ਕੀਤਾ? ਮੈਂ ਇਕੱਲਾ ਬੈਠਾ, ਮੈਂ ਖੁੰਜੇ 'ਤੇ ਬੈਠਾ, ਮੇਰੇ ਮਾੜੇ ਸਾਈਡ ਲੱਗੇ ਯਾਰ, ਮੈਂ ਪਿੱਛੇ ਨੂੰ ਗਿਰ ਗਿਆ ਜੀ। ਲੱਗਦਾ ਜੀ ਨਸ਼ਾ ਕੀਤਾ ਲੱਗਦਾ ਜੀ ਬੰਦੇ ਦਾ ਜੀ, ਬਹੁਤ ਸਪੀਡ ਨਾਲ ਤੇਜ਼ ਆਇਆ ਜੀ, ਟਰੈਕਟਰ ਸਾਹਮਣੇ ਨਹੀਂ ਗਏ ਕੋਲੋਂ, ਇਹ ਤਾਂ ਰੱਬ ਵੱਲੋਂ ਮਾੜਾ ਜਿਹਾ ਹੋਰ ਟੇਢਾ ਕਰਕੇ ਫਿਰ ਸਾਰੇ ਲੈ ਗਏ ਸੀ ਇਹ ਦਾਰੂ ਪੀਤੀ ਹੀ ਰੱਜਿਆ ਹੋਇਆ ਔਰ ਸਿੱਧੇ ਹੀ ਲਿਆ ਕੇ ਇਹ ਤਾਂ ਕੰਮ ਕਰਦੇ ਸੀਗੇ, ਇਹ ਵੀ ਬੱਚਿਆ ਜਿਹੜਾ ਬਿਲਡਿੰਗ ਵਾਲਾ ਇਹ ਵੀ ਬੱਚਿਆ ਤੇ ਉਹਦੇ ਤੇ ਲਿਆ ਕੇ ਸਿੱਧੇ ਟਰਾਲੀ ਉਹਨੇ ਚਾੜਤੀ ਜੀ ਉੱਥੇ, ਔਰ ਬੰਦਾ ਜਿਹਦੇ ਨਾਲ ਹੀ ਲੈ ਗਿਆ ਉਹਨੂੰ ਕੁਛ ਨਹੀਂ ਪਤਾ ਲੱਗ ਰਿਹਾ, ਹੁਣੇ ਵੀ ਇੰਨੀ ਦਾਰੂ ਪੀਤੀ ਹੋਈ ਹੈ ਕਿ ਉਹਨੂੰ ਪਤਾ ਹੀ ਨਹੀਂ ਹੈ ਕਿ ਮੈਂ ਕੀ ਬੋਲ ਰਿਹਾ ਕੀ ਕਰ ਰਿਹਾ, ਰੱਜਿਆ ਪਿਆ ਔਰ ਸਿੱਧੇ ਲਿਆ। ਕਿੰਨੀ ਉਮਰ ਦਾ ਬੰਦਾ ਜਿਹੜਾ ਫੜਿਆ ਹੋਇਆ? ਇਹ ਜਿਹੜਾ ਫੜਿਆ ਉਹ ਹੈਗਾ ਜੀ 35 ਸਾਲ ਦਾ ਹੈਗਾ, ਸ਼ਰਾਬ ਪੀਤੀ ਹੋਈ ਉਹ, ਨਸ਼ਾ ਕੀਤਾ ਹੋਇਆ ਫੁੱਲ, ਉਹਨੂੰ ਕੁਛ ਨਹੀਂ ਪਤਾ ਲੱਗ ਰਿਹਾ। ਇਹਦੇ ਜਿਹੜਾ ਸੈਟਰਿੰਗ ਦਾ ਸਮਾਨ ਲੱਦਿਆ ਹੋਇਆ, ਟਰਾਲੀ ਹੈ, ਟਰੈਕਟਰ ਹੈ। ਬਲਦੇਵ ਰਾਜਾ ਇਹਨਾਂ ਦੀ ਸ਼ੋਪ ਹੈ ਤੇ ਇਹਨਾਂ ਦੁਕਾਨ ਹੈ, ਮੂਹਰੇ ਕੰਮ ਕਰਦੇ ਸੀ, ਇਹਨਾਂ ਨੂੰ ਤਾਂ ਪਤਾ ਹੀ ਲੱਗਿਆ, ਜੇ ਪਤਾ ਲੱਗੇ ਤਾਂ ਹੀ ਅਗਲੇ ਸਾਈਡ ਤੇ ਹੋਊਗਾ, ਪਤਾ ਹੀ ਲੱਗਿਆ ਸਿੱਧੇ ਲਿਆ ਕੇ ਚਾੜੇ ਦਿੱਤਾ ਉੱਥੇ। ਹਾਂਜੀ, ਜ਼ਖਮੀ ਵੀ ਹੋਇਆ, ਆ ਇਹਨਾਂ ਦਾ ਜਿਹੜਾ ਹੈਗਾ ਲੇਬਰ ਇਹਨੂੰ ਸੱਟ ਲੱਗੀ ਹੈ ਜੀ, ਅਸੀਂ ਬਾਲ ਬਾਲ ਬੱਚੇ ਹੈ, ਅਸੀਂ ਬਸ ਦੋ ਇਹ ਅੱਧਾ ਮਿੰਟ ਦਾ ਵੀ ਫਰਕ ਪਿਆ ਜਦੇ ਜੀ ਆਈ ਗਿਆ ਜੀ, ਕੰਮ ਕਰ ਗਿਆ ਇਹ ਨਾ ਜੀ। ਇੱਕ ਟਰੈਕਟਰ ਆਪਣੇ ਟਰਾਲੀ ਦਾ ਚਾਲਕ ਸੀਗਾ ਜਿਹੜਾ ਅਣਗਹਿਲੀ ਨਾਲ ਚਲਾਉਂਦੇ ਹੋਏ, ਜਿਹੜੇ ਉੱਥੇ ਇੱਕ ਸ਼ੋਪ ਸੀਗੀ ਅਮਲੋਹ ਰੋਡ ਖੰਨਾ ਦੇ ਉੱਪਰ ਬੁਲੰਦ ਐਗਰੀਕਲਚਰ ਕਰਕੇ, ਅਤੇ ਉਹਨਾਂ ਦੇ ਮਾਲਕ ਸੀਗੇ ਉੱਥੇ, ਉਹਨਾਂ ਨੂੰ ਨਾ ਲਾਪਰਵਾਹੀ ਨਾਲ ਟਰੈਕਟਰ ਟਰਾਲੀ ਚਲਾਉਂਦੇ ਹੋਏ
ਉਹਨਾਂ ਨੂੰ ਐਕਸੀਡੈਂਟ ਟੱਕਰ ਮਾਰ ਕੇ ਐਕਸੀਡੈਂਟ ਕੀਤਾ ਜੀ ਇਹਨਾਂ ਨੇ। ਹਾਂਜੀ ਉਹਨਾਂ ਦੀ ਡੈਥ ਹੋ ਗਈ ਹੈ ਅਤੇ ਆਪਾਂ ਬੋਡੀ ਸ਼ਿਫਟ ਕਰਵਾਤੀ ਹੈ ਸਿਵਲ ਹੋਸਪਿਟਲ ਮੋਰਚਰੀ ਦੇ ਵਿੱਚ, ਅਤੇ ਅੱਗੇ ਜੋ ਵੀ ਆਪਣੇ ਪਰਿਵਾਰ ਵਾਲੇ ਆਪਣੇ ਦੂਜੇ ਬਿਆਨ ਦੇਣਗੇ, ਜੋ ਵੀ ਸਾਨੂੰ ਸਟੇਟਮੈਂਟ ਮਿਲਦੀ ਉਹਦੇ ਅਨੁਸਾਰ ਅਸੀਂ ਕਾਰਵਾਈ ਕਰਾਂਗੇ ਜਿਹੜੀ ਬਣਦੀ। ਸਰ ਜਿਹੜਾ ਚਾਲਕ ਸੀਗਾ ਟਰੈਕਟਰ ਚਾਲਕ ਉਹਨੂੰ ਆਪਾਂ ਕਰ ਲੈਂਦੇ ਹਾਂ ਰਾਊਂਡ ਅਪ ਜੀ, ਉਹਨਾਂ ਦੇ ਆਪਣੇ ਟਰੈਕਟਰ ਉੱਥੇ ਹੀ ਖੜ੍ਹਾ ਮੌਕੇ ਦੇ ਉੱਪਰ ਸਾਡੇ ਕੋਲ ਬਰਾਮਦ ਹੋ ਗਿਆ ਟਰੈਕਟਰ।